ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਜਿਹੜਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਡਿਜ਼ਾਈਨ ਬਣਾਉਣ ਵਿੱਚ ਸੇ ਬਹੁਤ ਹੀ ਸੌਖਾ ਆ ਪਰ ਇਹ ਡਿਜ਼ਾਈਨ ਜਿਹੜਾ ਤੁਸੀਂ ਵੇਖ ਕੇ ਨਹੀਂ ਬਣਾ ਸਕਦੇ ਇਹ ਜਿੰਨਾ ਚਿਰ ਕੋਈ ਦੱਸੇਗਾ ਨਹੀਂ ਉਹ ਨਾਚੇਰੇ ਡਿਜ਼ਾਈਨ ਜਿਹੜਾ ਸਮਝ ਨਹੀਂ ਆਏਗਾ ਥੋੜਾ ਜਿਹਾ ਗੁੰਝਲਦਾਰ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਬਣਿਆ ਹੋਇਆ ਬਿਲਕੁਲ ਕ੍ਰੋਸ਼ੀਏ ਦੇ ਡਿਜ਼ਾਈਨ ਵਰਗਾ ਲੱਗਦਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਤਿੰਨ ਤਿੰਨ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ ਤੇ ਦੋਨੋਂ ਸਾਈਡ ਤੇ ਇੱਕ ਇੱਕ ਕੁੰਡਾ ਵਾਧੂ ਪਾਉਣਾ ਪਏਗਾ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਇਹ ਜਿਹੜਾ ਡਿਜ਼ਾਈਨ ਆ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਹੀ ਸਿਰ ਰਿਪੀਟ ਕਰਨੀਆਂ ਆ ਤੇ ਡਿਜ਼ਾਈਨ ਸਾ ਤੇ ਇੱਕ ਚੀਜ਼ ਹੋ ਰਿਹਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਵਾਸਤੇ ਤੁਸੀਂ ਜਿਹੜੀਆਂ ਸਲਾਈਆਂ ਆ ਉਹ ਥੋੜੀਆਂ ਮੋਟੀਆਂ ਲੈਣੀਆਂ ਆ ਜਿਸ ਤਰ੍ਹਾਂ ਤੁਸੀਂ 10 ਨੰਬਰ ਦੀਆਂ ਸਲਾਈਆਂ ਵਾਲੀ ਬੂਲ ਜੇ ਕਰ ਲਈ ਆ ਤੇ ਤੁਸੀਂ 9 ਨੰਬਰ ਦੀਆਂ ਸਲਾਈਆਂ ਲਾਉਣੀਆਂ ਜੇ ਤੁਸੀਂ ਸਲਾਈਆਂ ਮੋਟੀਆਂ ਨਹੀਂ ਲਾਉਣੀਆਂ ਫਿਰ ਤੁਸੀਂ ਜਿਹੜੇ ਆਪਣੇ ਕੁੰਡੇ ਆ ਥੋੜੇ ਜਿਹਾ ਵੱਧ ਪਾ ਸਕਦੇ ਕਿਉਂਕਿ ਡਿਜ਼ਾਈਨ ਜਿਹੜਾ ਸਟ੍ਰੈਚੇਬਲ ਬਿਲਕੁਲ ਨਹੀਂ ਆ ਥੋੜਾ ਟਾਈਟ ਟਾਈਟ ਬੰਦਾ ਤੇ ਵੈਸੇ ਬਣਿਆ ਹੋਇਆ ਬਹੁਤ ਹੀ ਵਧੀਆ ਲੁੱਕ ਦਿੰਦਾ ਆ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰਨਾ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ ਪਹਿਲਾਂ ਕੁੰਡਾ ਉਤਾਰ ਲੈਣਾ ਆ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਬਣੇਗਾ ਫਿਰ ਇਹ ਤਿੰਨ ਕੁੰਡੇ ਲੈਣੇ ਆ ਇਸ ਤਰ੍ਹਾਂ ਕਰਕੇ ਤਿੰਨ ਕੁੰਡਿਆਂ ਨੂੰ ਇਸਾਂ ਬੈਕ ਲੂਪ ਦੇ ਨਾਲ ਆਪਾਂ ਤਿੰਨ ਨੂੰ ਤੋਂ ਇੱਕ ਕਰ ਦੇਣਾ ਹੈ ਫਿਰ ਵਿੱਚ ਜਾਲੀ ਪਾ ਦੇਣੀ ਹੈ ਇੱਕ ਤੇ ਫਿਰ ਦੁਬਾਰਾ ਇਹਨਾਂ ਨੂੰ ਉਂੰਦ ਦੇਣਾ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਇਹ ਤਿੰਨ ਤੋਂ ਸਾਡੇ ਫਿਰ ਤਿੰਨ ਕੁੰਡੇ ਹੋਗੇ ਇਹੀ ਤਿੰਨ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ ਇੱਕ ਸਿੱਧੀ ਔਰ ਇੱਕ ਉਲਟੀ ਸਲਾਈ ਬਣੇਗੀ ਦੋਨਾਂ ਸਲਾਈਆਂ ਦੇ ਵਿੱਚ ਹੀ ਡਿਜ਼ਾਈਨ ਬਣੇਗਾ ਤੇ ਦੋ ਸਲਾਈਆਂ ਦਾ ਹੀ ਪੂਰਾ ਡਿਜ਼ਾਈਨ ਹੈ ਉਰੀ ਸਲਾਈ ਇਸੇ ਤਰ੍ਹਾਂ ਬਣਾਉਂਦੇ ਜਾਣਾ ਆ ਤਿੰਨ ਕੁੰਡੇ ਲੈ ਲੈਣੇ ਆ ਪਿਛਲੇ ਪਾਸੇ ਉਹ ਸਲਾਈ ਪਾਉਣੀ ਆ ਫਿਰ ਇੱਕ ਵਾਰ ਸਿੱਧਾ ਬਣਾ ਲਿਆ ਵਿੱਚ ਇੱਕ ਜਾਲੀ ਪਾਤੀ ਫਿਰ ਦੂਸਰੀ ਵਾਰ ਫਿਰ ਸਿੱਧਾ ਇਹਨੂੰ ਬਣਾਉਂਦਾ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਤਿੰਨ ਤੋਂ ਸਾਡੇ ਤਿੰਨ ਕੁੰਡੇ ਜਿਹੜੇ ਉਹ ਬਣਦੇ ਜਾ ਰਹੇ ਨੇ ਤੁਸੀਂ ਜਹਾਂ ਤੇ ਸਲਾਈ ਮੋਟੀਆਂ ਲੈ ਲਓ ਜਾਂ ਫਿਰ ਤੁਸੀਂ ਕੁੰਡੇ ਥੋੜੇ ਵੱਧ ਪਾ ਲਓ ਆਪਣਾ ਕੋਟੀ ਸਵੈਟਰ ਬਣਾਉਣ ਲੱਗੇ ਆ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਜੀ ਇਸ ਡਿਜ਼ਾਈਨ ਦਾ ਤੁਸੀਂ ਮਫਲਰ ਬਣਾਓਗੇ ਤੇ ਉਹ ਵੀ ਬੜਾ ਪਿਆਰਾ ਲੱਗੇਗਾ ਬਿਲਕੁਲ ਕਰੋਸ਼ੀਆ ਦਾ ਲੱਗੇਗਾ ਤੇ ਥੋੜਾ ਜਿਹਾ ਹਾਰਡ ਹਾਰਡ ਲੱਗੇਗਾ ਬੜਾ ਹੀ ਪਿਆਰਾ ਜਿਹਾ ਲੱਗੇਗਾ ਪੂਰੀ ਸਲਾਈ ਅਸੀਂ ਬਣਾ ਲਈ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਸਿੱਧੇ ਪਾਸਿਓਂ ਹੁਣ ਉਲਟੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਉਲਟੀ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਉਤਾਰ ਲੈਣਾ ਹੈ ਅਗਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਪਹਿਲਾ ਕੁੰਡਾ ਉਤਾਰ ਲਿਆ ਹੈ ਦੋ ਕੁੰਡੇ ਉਲਟੇ ਬਣਾ ਲੈਣੇ ਹੁਣ ਅੱਗੇ ਵੇਖੋ ਕੀ ਕਰਨਾ ਹੈ ਇਹ ਸਾਡੇ ਤਿੰਨ ਤਿੰਨ ਕੁੰਡਿਆਂ ਦੇ ਪੀਅਰ ਬਣ ਗਏ ਨੇ ਹੁਣ ਵੇਖੋ ਇਹ ਇੱਕ ਕੁੰਡਾ ਸਾਡੇ ਕੋਲ ਬਚ ਗਿਆ ਤੇ ਇੱਕ ਐ ਵਾਲਾ ਕੁੰਡਾ ਇਹਨਾਂ ਦੋਨਾਂ ਨੂੰ ਆਪਾਂ ਟਵਿਸਟ ਕਰਨਾ ਐ ਵਾਲਾ ਕੁੰਡਾ ਜਿਹੜਾ ਇੱਧਰ ਪਾ ਲੈਣਾ ਤੇ ਉਹ ਵਾਲਾ ਕੁੰਡਾ ਜਿਹੜਾ ਉੱਧਰ ਵਾਲਾ ਉਹਨੂੰ ਆਪਾਂ ਇਸ ਤਰ੍ਹਾਂ ਪਾ ਲੈਣਾ ਇਹਨਾਂ ਨੂੰ ਉਲਟਾ ਕੇ ਦੋਵੇਂ ਕੁੰਡੇ ਉਲਟੇ ਬਣਾ ਲੈਣੇ। ਉਹ ਇੱਕ ਕੁੰਡਾ ਜਿਹੜਾ ਸੈਂਟਰ ਵਾਲਾ ਤਿੰਨ ਕੁੰਡਿਆਂ ਦੇ ਸੈਂਟਰ ਵਾਲਾ ਜਿਹੜਾ ਇਹਨੂੰ ਆਪਾਂ ਫਿਰ ਉਲਟਾ ਬਣਾ ਲੈਣਾ। ਹੁਣ ਅਗਲੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਫਿਰ ਆਪਾਂ ਉਲਟਾਵਾਂਗੇ ਵੇਖੋ ਕਿਸ ਤਰ੍ਹਾਂ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਜੇ ਪਹਿਲੋਂ ਐਵਲੇ ਕੁੰਡੇ ਨੂੰ ਉਣ ਲਓ। ਉਸ ਤੋਂ ਬਾਅਦ ਐਵਲੇ ਕੁੰਡੇ ਨੂੰ ਉਲ ਲਓ। ਤੇ ਦੋਨਾਂ ਨੂੰ ਸਲਾਈ ਦੇ ਉੱਪਰ ਇਕੱਠਾ ਉਤਾਰ ਦੋ। ਫਿਰ ਇੱਕ ਕੁੰਡਾ ਉਲਟਾ ਫਿਰ ਇਹ ਜਿਹੜਾ ਕੁੰਡਾ ਤੇ ਕਹਿਵਲਾ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਇਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਸਕਦੇ ਜੀ ਉਤਾਰ ਕੇ ਵੀ ਇਸ ਤਰ੍ਹਾਂ ਤੇ ਹੁਣ ਕੇ ਵੀ ਕਰ ਸਕਦੇ ਜੀ ਫਿਰ ਇੱਕ ਕੁੰਡਾ ਉਲਟਾ ਇਹ ਜਦੋਂ ਇੱਧਰ ਵਾਲੇ ਸਾਡੇ ਕੁੰਡਿਆਂ ਦੇ ਵਿੱਚੋਂ ਇੱਕ ਕੁੰਡਾ ਰਹਿ ਗਿਆ ਉਧਰੋਂ ਆਪਾਂ ਇੱਕ ਕੁੰਡਾ ਇੱਧਰੋਂ ਲੈ ਲੈਣਾ ਇਸ ਤਰ੍ਹਾਂ ਕਰਕੇ ਆ ਵੀ ਕੋ ਇਸ ਤਰ੍ਹਾਂ ਵੀ ਤੁਸੀਂ ਹੁਣ ਸਕਦੇ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਉਸੇ ਤਰੀਕੇ ਦੇ ਨਾਲ ਹੁਣ ਸਕਦੇ ਜੀ ਉਹਨਾ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਫੇਰ ਉਲਟੇ ਬਣਾ ਲੈਣਾ। ਲਾਸਟ ਵਾਲਾ ਕੁੰਡਾ ਵੀ ਉਲਟਾ ਬਣਾਣਾ। ਦੋ ਸਲਾਈਆਂ ਸਾਡੀਆਂ ਬਣ ਗਈਆਂ ਨੇ। ਇਹੀ ਦੋ ਸਲਾਈਆਂ ਸੀ ਬਾਰ-ਬਾਰ ਬਣਾਉਣੀਆਂ। ਇੱਕ ਵਾਰੀ ਫੇਰ ਬਣਾ ਕੇ ਦਿਖਾਉਣੀਆਂ। ਪਹਿਲਾ ਕੁੰਡਾ ਉਤਾਰ ਲਿਆ। ਫੇਰ ਤਿੰਨ ਕੁੰਡੇ ਲਵਾਂਗੇ। ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ ਇਕੱਠੇ ਹੁਣ ਲੈਣਾ ਆ। ਵਿੱਚ ਇੱਕ ਜਾਲੀ ਪਾ ਲੈਣੀ ਆ ਤੇ ਫੇਰ ਇੱਕ ਵਾਰੀ ਦੁਬਾਰਾ ਇਹਨਾਂ ਨੂੰ ਉਹ ਲੈਣਾ ਇਹੀ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ ਤਿੰਨ ਕੁੰਡੇ ਲੈਣੇ ਆ ਤਿੰਨ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਵਾਰੀ ਉਨ ਲਿਆ ਵਿੱਚ ਫਿਰ ਜਾਲੀ ਪਾਤੀ ਤੇ ਫਿਰ ਦੁਬਾਰਾ ਤਿੰਨਾਂ ਕੁੰਡਿਆਂ ਨੂੰ ਉਨ ਲਿਆ ਇਹਨਾਂ ਨੂੰ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਦੋ ਵਾਰ ਇਹਨਾਂ ਨੂੰ ਉਣ ਕੇ ਫਿਰ ਸਲਾਈ ਦੇ ਉੱਪਰੋਂ ਉਤਾਰਨਾ ਤੇ ਇੱਕ ਵਿੱਚ ਜਾਲੀ ਪਾਦਣੀ ਫਿਰ ਸਾਡੇ ਤਿੰਨ ਦੇ ਤਿੰਨ ਕੁੰਡੇ ਬਣ ਜਾਣੇ ਆ ਇਹੀ ਤਿੰਨ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ ਤਿੰਨ ਤਿੰਨ ਕੁੰਡਿਆਂ ਦਾ ਹੀ ਇਹ ਡਿਜ਼ਾਈਨ ਹੈ ਤੇ ਇਸ ਤਰੀਕੇ ਦੇ ਨਾਲ ਬਣ ਕੇ ਸਾਡਾ ਰੈਡੀ ਹੁੰਦਾ ਜਾਣਾ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਫੇਰ ਆ ਗਏ ਹਾਂ ਉਲਟੀ ਸਲਾਈ ਤੇ ਉਲਟੀ ਸਲਾਈ ਫੇਰ ਉਸੇ ਤਰ੍ਹਾਂ ਹੀ ਬਣੇਗੀ ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲੈਣਾ ਹੈ ਫਿਰ ਦੋ ਕੁੰਡੇ ਉਲਟੇ ਬਣਾਉਣੇ ਆਪਾਂ ਦੋ ਕੁੰਡੇ ਉਲਟੇ ਬਣਾਉਣੇ ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਅਗਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਇਹ ਵਾਲਾ ਕੁੰਡਾ ਜਿਹੜਾ ਪਹਿਲਾਂ ਉਨ ਲੈਣਾ ਹੈ ਤੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਬਾਅਦ ਚ ਉਨ ਲੈਣਾ ਤੇ ਦੋਨਾਂ ਕੁੰਡਿਆਂ ਨੂੰ ਇਕੱਠੇ ਸਲਾਈ ਦੇ ਉੱਪਰੋਂ ਉਤਾਰ ਦੇਣਾ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਇਹ ਟਵਿਸਟ ਹੋ ਜਾਂਦੇ ਫਿਰ ਇੱਕ ਕੁੰਡਾ ਉਲਟਾ ਬਣਾਵਾਂਗੇ ਫਿਰ ਦੋ ਕੁੰਡਿਆਂ ਨੂੰ ਆਪਸ ਦੇ ਵਿੱਚ ਟਵਿਸਟ ਕਰਾਂਗੇ ਬਹੁਤ ਆਸਾਨੀ ਦੇ ਨਾਲ ਹੋ ਸਕਦੇ ਤੁਸੀਂ ਜੇ ਉਤਾਰ ਕੇ ਤੁਹਾਨੂੰ ਸੌਖਾ ਲੱਗਦਾ ਹੈ ਤੇ ਉਤਾਰ ਕੇ ਕਰ ਸਕਦੇ ਜੀ ਫਿਰ ਇੱਕ ਕੁੰਡਾ ਉਲਟਾ ਫਿਰ ਦੋ ਕੁੰਡਿਆਂ ਨੂੰ ਟਵਿਸਟ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਇਰੇ ਉਦ੍ਰੋ ਇਕ ਕੁੰਡ ਲਾਂਗੇ ਇੱਕ ਉਦ੍ਰੋ ਲਲਾਂਗੇ ਤੇ ਦੋਨਾਂ ਨੂੰ ਆਪਸ ਦੇ ਵਿੱਚ ਉਲਟਾ ਦੇਵਾਂਗੇ ਲਾਸਟ ਦੇ ਦੋ ਗੁੰਡੇ ਫੇਰ ਉਲਟੇ ਆਉਣੇ ਆ ਤੇ ਐਗਜ਼ਿਟ ਜਿਹੜਾ ਉਹ ਤੇ ਸਾਡਾ ਉਲਟਾ ਹੀ ਆਉਣਾ ਇਹ ਮੈਂ ਚਾਰ ਸਲਾਈਆਂ ਤੁਹਾਨੂੰ ਬਣਾ ਕੇ ਦਿਖਾ ਦਿੱਤੀਆਂ ਦੋ ਸਲਾਈਆਂ ਦਾ ਵੈਸੇ ਡਿਜ਼ਾਈਨ ਆ ਇਹੀ ਦੋ ਸਲਾਈਆਂ ਸੀ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਣਾ ਵੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਬਿਲਕੁਲ ਕਰੋਸ਼ੀ ਵਾਂਗੂ ਡਿਜ਼ਾਈਨ ਲੱਗਦਾ ਹੈ ਅੱਗੇ ਤੋਂ ਅੱਗੇ ਜਦੋਂ ਆਪਾਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਏਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਏ ਜੇ ਤੇ ਸਬਸਕ੍ਰਾਈਬ ਕਰ ਦੇਣਾ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਨਵੇਂ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ